ਮੋਰਿੰਡਾ ਨਗਰ ਕੌਂਸਲ ਦੇ ਅਧਿਕਾਰੀ ਸਰਕਾਰ ਦੇ ਹੁਕਮਾਂ ਨੂੰ ਅੱਜ ਵੀ ਤੇਜ਼ ਜਾਣ ਰਹੇ ਹਨ, ਜਿਨ੍ਹਾਂ ਨੂੰ ਸ਼ਹਿਰ ਵਿੱਚ ਡੂੰਘੇ ਖੂਹ ਦਿਖਾਈ ਨਹੀਂ ਦੇ ਰਹੇ। ਫਤਿਹਵੀਰ ਦੇ ਹਾਦਸੇ ਤੋਂ ਬਾਅਦ ਸਰਕਾਰ ਨੇ ਹੁਕਮ ਜਾਰੀ ਕੀਤੇ ਸਨ ਕਿ ਕਿਸੇ ਸ਼ਹਿਰ ਜਾਂ ਪਿੰਡ ਵਿੱਚ ਕੋਈ ਵੱਡਾ ਬੋਰ ਜਾਂ ਖੂਹ ਨੰਗਾ ਨਹੀਂ ਰਹਿਣਾ ਚਾਹੀਦਾ, ਜਿਸ ਨਾਲ ਕੋਈ ਹਾਦਸਾ ਵਾਪਰ ਸਕੇ। ਪਰ ਮੋਰਿੰਡਾ ਸ਼ਹਿਰ ਦੇ ਵਾਰਡ ਨੰਬਰ 11 ਅਤੇ ਵਾਰਡ ਨੰਬਰ 3 ਵਿੱਚ ਅੱਜ ਵੀ ਬਿਨਾਂ ਢੱਕੇ ਡੂੰਘੇ ਖੂਹ ਮੌਜੂਦ ਹਨ, ਜਿਸ ਵਿੱਚ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿੱਥੇ ਹਮੇਸ਼ਾ ਬੱਚੇ ਖੇਡਦੇ ਰਹਿੰਦੇ ਹਨ। ਪਰ ਨਗਰ ਕੌਂਸਲ ਅਧਿਕਾਰੀ ਸਰਕਾਰੀ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਖੂਹਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਜਿਨ੍ਹਾਂ ਨੂੰ ਅੱਜ ਤੱਕ ਨਹੀਂ ਢੱਕਿਆ ਗਿਆ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਵਾਰਡ ਦੇ ਕੌਂਸਲਰ ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਇਹਨਾਂ ਖੂਹਾਂ ਸੰਬੰਧੀ ਅਨੇਕਾਂ ਵਾਰ ਜਾਣਕਾਰੀ ਦਿੱਤੀ ਗਈ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇਕਰ ਕੋਈ ਵੀ ਹਾਦਸਾ ਵਾਪਰ ਜਾਵੇ ਤਾਂ ਨਗਰ ਕੌਂਸਲ ਅਧਿਕਾਰੀ ਇਸ ਦੇ ਜ਼ਿੰਮੇਵਾਰ। ਵਾਰਡ ਨੰਬਰ 11 ਇਹ ਖੂਹ ਬਹੁਤ ਪੁਰਾਣਾ ਸੀ ਜੀ, ਇਹਦਾ ਜੋ ਵੀ ਅਸੀਂ ਉੱਪਰ 2-2 ਫੁੱਟ ਅਸੀਂ ਚੱਕ ਕੇ ਅਤੇ ਅਸੀਂ ਪੈਸੇ ਇਕੱਠੇ ਕਰਕੇ ਜੀ ਅਤੇ 2-2 ਫੁੱਟ ਉੱਪਰ ਚੱਕ ਤਿਆ। ਪਹਿਲਾਂ ਇਹ ਖੂਹ ਰੇ ਚੱਲੇ ਕਰਦਾ ਸੀ, ਹਲਟ ਸੀਗਾ, ਅਤੇ ਇਹੀ ਕਿਰਪਾ ਹੋਣੀ ਚਾਹੀਦੀ ਹੈ ਵੀ ਗਰੀਬ ਆਦਮੀ ਸਾਡੇ ਛੋਟੇ ਛੋਟੇ ਬੱਚੇ ਕਿੱਦੇ ਹੈ, ਦੇਖੋ ਵਿੱਚ ਗਿਰ ਨਾ ਜਾਵੇ, ਸਾਡੇ ਇਹੀ ਹੈ ਮੰਗਦਾ ਜਾਂ ਕੁਛ ਵੀ ਹੈ ਵੀ ਕਿਰਪਾ ਕਰਕੇ ਤਾਂ ਜਾਲ ਪਾਇਆ ਜਾ। ਤੁਸੀਂ ਇਸ ਸੰਬੰਧੀ ਕਦੇ ਨਗਰ ਕੌਂਸਲ ਨੂੰ ਕਿਸੇ ਨੂੰ ਕਿਹਾ ਕਿ ਵੀ ਇਹਨੂੰ ਢੱਕਿਆ ਜਾਵੇ? ਅਸੀਂ ਕਿਹਾ ਵੀ ਅਸੀਂ ਦੂਸਰੇ ਵੀ ਕਿਹਾ, ਆਪਣੇ MCA ਨੂੰ ਵੀ ਕਿਹਾ, ਕੋਈ ਨਹੀਂ ਸਾਡੀ ਸੁਣਦਾ। ਇੱਥੇ ਕਿੰਨੇ ਕੁ ਪਰਿਵਾਰ ਰਹਿੰਦੇ ਆ ਇੱਥੇ ਜਿਹੜੇ ਛੋਟੇ? ਇੱਥੇ ਦਾ ਪਰਿਵਾਰ ਵੀ ਬਹੁਤ ਹੈ, ਬੜੇ ਹੈ ਜੀ, 12-13 ਘਰ ਹੈ ਜੀ, ਬੱਚੇ ਛੋਟੇ ਛੋਟੇ ਬੱਚੇ? ਹਾਂਜੀ ਹਾਂਜੀ, 13 ਦੇ ਬੱਚੇ ਸਾਡੇ ਹੀ ਹੈ, ਛੋਟੇ ਛੋਟੇ ਮੇਰੇ ਪੋਤੀਆਂ ਪੋਤੇ ਦੋਤੀਆਂ ਦੋਤੇ ਜੋ ਸਾਡੀ ਦਾੜੀ ਇੱਥੇ ਖੇਡਦੇ। ਹਾਂਜੀ ਹਾਂਜੀ, ਇੱਥੇ ਖੇਡਦੇ ਰਹਿੰਦੇ ਆ। ਦੇਖੋ